आज पटियाला नाभा रोड के ऊपर एक भयानक सड़क हादसा हुआ जिसमें एक व्यक्ति की मौके पर ही मौत हो गई। पूरे मामले की जानकारी देते हुए थाना रोटी पुल के इंचार्ज जयदीप ने बताया कि शाम लगभग 10 बजे के करीब एक कार जो नाभा की ओर से आ रही थी और बेकाबू होकर मैरिज पैलेस से निकल रही एक कार को टक्कर मार दी। वहीं इसकी चपेट में 4 मोटरसाइकिल भी आ गए। पूरे मामले की जानकारी देते हुए चौकी इंचार्ज ने बताया कि इस हादसे में 2 लोग गंभीर रूप से जख्मी और एक व्यक्ति की मौके पर ही मौत हो गई। करीब 9:30 बजे सानू खबर मिली थी कि एक्सीडेंट होया। मौके ते मैं जाके खुद देखा, उत्थे एक स्विफ्ट कार सीगी जिहदा नंबर थी PV 55D 52 18। ये पटियाले साइड तो आ रही सीगी ते I-10 गड्डी जिहड़ी अपनी नाभे तो चली सीगी ते इन्होंने मैरिज अटेंड करनी सीगी ते इन्हां दे आपस दे विच गड्डियां वज्जियां आपस दे विच। मौके ते एक नौजवान जिहड़ा सीगा ਉਹ ਉੱਥੇ ਸਾਈਡ ਤੇ ਖੜਾ ਸੀਗਾ ਜੋ ਕਿ ਮੌਕੇ ਤੇ ਉਹਦੇ ਉਹਦੇ ਨਾਲ ਡੈਥ ਹੋ ਗਈ ਮੌਕੇ ਤੇ। ਤੇ ਸਰ ਜਿਹੜਾ ਮ੍ਰਿਤਕ ਵਿਅਕਤੀ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਗੁਰਮੀਤ ਸਿੰਘ ਹੈ, ਸਨ ਆਫ ਹਰੀ ਸਿੰਘ, ਜਿਹਦੀ ਡੈਥ ਹੋਈ ਹੈ। ਇਹ ਨਿਊ ਪਟੇਲ ਨਗਰ ਨਾਭੇ ਦਾ ਹੀ ਰਹਿਣ ਵਾਲਾ। ਤੇ ਸਰ ਦੇਖਣ ਨੂੰ ਜਿਹੜੇ ਜਿਸ ਤਰ੍ਹਾਂ ਮੋਟਰਸਾਈਕਲ ਵੀ ਕਈ ਚਪੇਟ ਚ ਆਏ ਹੋਏ ਨੇ, ਕੋਈ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ? ਉਹਨਾਂ ਦਾ ਬਾਕੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੈ। ਜਿਹੜੇ I-10 ਵਾਲੇ ਗੱਡੀਆਂ ਸੀ ਉਹਨਾਂ ਦੇ ਥੋੜੀ ਸੱਟਾਂ ਲੱਗੀਆਂ, ਸਿਰ ਵੈਰਾਂ ਤੇ ਸੱਟ ਲੱਗੀ ਹੈ। ਉਹ ਮੌਕੇ ਦੇ ਉੱਤੇ ਉਹਨਾਂ ਨੇ ਪੱਟੀਆਂ ਵੈਰਾਂ ਕਰਵਾਤੀਆਂ ਸੀਗੀਆਂ ਤੇ ਇਹ ਜਿਹੜੇ 2 ਬੰਦੇ ਸੀਗੇ ਕਾਫੀ ਫੱਟੜ ਨੇ ਵੀ, ਜਿਨ੍ਹਾਂ ਦੀ ਐਕਸੀਡੈਂਟ ਡਰਾਈਵਰ ਸੀਗਾ ਸਤਨਾਮ ਸਿੰਘ ਸੀਗਾ ਤੇ ਰਜਿੰਦਰ ਸਿੰਘ ਸੀਗਾ, ਸਾਨੂੰ ਬਲਵੀਰ ਸਿੰਘ ਫਿਰੋਜ਼ਪੁਰ ਪਿੰਡ ਖੰਨੇ ਦੇ ਰਹਿਣ ਵਾਲੇ ਸੀਗੇ ਦੋਨੋਂ ਇਹ ਜਿਹੜੇ ਗੱਡੀ ਚਲਾ ਰਹੇ ਸੀਗੇ। ਇਹ ਜਿਹੜੇ ਸਵਿਫਟ ਗੱਡੀ ਵਾਲੇ ਸੀਗੇ ਜਿਨ੍ਹਾਂ ਦੀ ਗੱਡੀ ਵੱਜੀ ਆ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ? ਬਾਕੀ ਅਸੀਂ ਦੇਖ ਰਹੇ ਹਾਂ ਸਾਰਾ, ਜਿਵੇਂ ਵੀ ਹੋਇਆ ਉਸ ਟਾਈਮ ਕਾਰਵਾਈ ਅਸੀਂ ਕਰ ਰਹੇ ਹਾਂ, ਸਾਰੀ ਵੈਰੀਫਾਈ ਕਰ ਲਈ ਇੱਕ ਵਾਰ ਚੰਗੀ ਤਰ੍ਹਾਂ, ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਅਸੀਂ ਕਰ ਰਹੇ ਹਾਂ।